ਫਰੀਦਕੋਟ ਵਿੱਚ ਚੱਲ ਰਹੇ ਬਾਬਾ ਫਰੀਦ ਆਗਮਨ ਪਰਬ ਮੌਕੇ ਜਿੱਥੇ ਵੱਖ-ਵੱਖ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ, ਉੱਥੇ ਇਸ ਪ੍ਰਦਰਸ਼ਨੀ ਵਿੱਚ 50 ਸਾਲ ਤੋਂ ਪੁਰਾਣੇ ਮਾਡਲ ਦੇ ਸਕੂਟਰ ਵੀ ਸ਼ਾਮਲ ਹਨ ਜੋ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਵਹੀਕਲ ਸਾਰੇ ਹੀ ਬਹੁਤ ਵਧੀਆ ਕੰਡੀਸ਼ਨ ਵਿੱਚ ਹਨ ਅਤੇ ਸਾਰੇ ਚਾਲੂ ਹਾਲਤ ਵਿੱਚ ਹਨ। ਇਹਨਾਂ ਵਹੀਕਲਾਂ ਨੂੰ ਤਿਆਰ ਕਰਨ ਵਾਲੇ ਇੱਕ ਅਧਿਆਪਕ ਇੰਦਰਪ੍ਰੀਤ ਸਿੰਘ ਧੁੰਨਾ, ਜੋ ਆਪਣਾ ਸ਼ੌਂਕ ਪੂਰਾ ਕਰਨ ਲਈ ਆਪਣੀ ਪੂਰੀ ਤਨਖਾਹ ਇਹਨਾਂ ਦੀ ਸਾਂਭ ਸੰਭਾਲ ਅਤੇ ਤਿਆਰ ਕਰਨ ਉੱਤੇ ਖਰਚ ਕਰਕੇ ਆਪਣਾ ਸ਼ੌਂਕ ਪੂਰਾ ਕਰ ਰਹੇ ਹਨ। ਗੱਲਬਾਤ ਦੌਰਾਨ ਇੰਦਰਪ੍ਰੀਤ ਸਿੰਘ ਧੁੰਨਾ ਨੇ ਦੱਸਿਆ ਕਿ ਉਸ ਕੋਲ 50 ਸਕੂਟਰ ਅਤੇ ਮੋਟਰਸਾਈਕਲ ਹਨ ਜਿਨ੍ਹਾਂ ਨੂੰ ਉਸ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਸਾਰੇ ਹੀ ਚਾਲੂ ਹਾਲਤ ਵਿੱਚ ਹਨ। ਆਪਣੇ ਸ਼ੌਂਕ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਪ੍ਰਿਆ ਬ੍ਰਾਂਡ ਦਾ ਇੱਕ ਪੁਰਾਣਾ ਸਕੂਟਰ ਲਿਆ ਸੀ ਜਿਸ ਨੂੰ ਉਹਨਾਂ ਨੇ ਤਿਆਰ ਕਰਵਾਇਆ ਜੋ ਕਾਫੀ ਵਧੀਆ ਲੱਗਾ ਅਤੇ ਲੋਕਾਂ ਨੇ ਪਸੰਦ ਵੀ ਕੀਤਾ। ਬਸ ਉਸ ਤੋਂ ਬਾਅਦ ਉਹਨਾਂ ਦਾ ਇਹ ਸ਼ੌਂਕ ਬਣ ਗਿਆ, ਜਿਸ ਤੋਂ ਬਾਅਦ ਇੱਕ ਇੱਕ ਕਰਕੇ 22 ਪੁਰਾਣੇ ਮਾਡਲ ਦੇ ਸਕੂਟਰ ਅਤੇ ਬਾਈਕ ਇਕੱਠੇ ਕਰ ਲਏ ਤੇ ਉਹਨਾਂ ਨੂੰ ਤਿਆਰ ਕਰਵਾਇਆ। ਹਾਲਾਂਕਿ ਇਸ ਕੰਮ ਵਿੱਚ ਕਾਫੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹਨਾਂ ਨੂੰ ਸਪੇਅਰ ਪਾਰਟ ਖਰੀਦਣ ਲਈ ਬਹੁਤ ਥਾਵਾਂ ਤੇ ਜਾਣਾ ਪੈਂਦਾ ਸੀ। ਉਹਨਾਂ ਦੱਸਿਆ ਕਿ ਕਾਫੀ ਲੋਕ ਉਹਨਾਂ ਦੀ ਇਸ ਕਲੈਕਸ਼ਨ ਨੂੰ ਦੇਖਣ ਆਉਂਦੇ ਹਨ। ਜੀ ਐਂ ਨੂੰ ਤੁਹਾਨੂੰ ਜੀ, ਇਹ ਜੀ ਮੇਰੇ 50 ਸਾਲ ਪੁਰਾਣੇ ਸਕੂਟਰ ਹੈ ਮੇਰੇ ਕੋਲ। ਇਹ ਕਲੈਕਸ਼ਨ ਮੈਂ ਕੀਤੀ ਹੈ, ਜਿਵੇਂ ਆਹ ਗੱਲ ਕਰੀਏ ਸਕੂਟਰ ਦੀ, ਲੰਬਰੇਟਾ ਹੈਗਾ 1970 ਮਾਡਲ ਹੈ ਜੀ, ਇਹ 54 ਸਾਲ ਪੁਰਾਣਾ ਸਕੂਟਰ ਹੈ। ਇਹ ਇਹਨੂੰ ਸੈਂਟੀ ਮਾਡਲ ਪਹਿਲਾਂ ਆਉਂਦਾ ਸੀਗਾ ਇਟਲੀ ਦੇ ਸ਼ਹਿਰ ਦੇ ਵਿੱਚ, ਮਿਲਾਨ ਸ਼ਹਿਰ ਦੇ ਵਿੱਚ ਲੈਂਬਰੋ ਨਦੀ ਦੇ ਕੰਢੇ ਤੇ ਇਹ ਫੈਕਟਰੀ ਹੈ ਜਿਸ ਤੋਂ ਇਹਦਾ ਨਾਂ ਲਿੱਤਾ ਗਿਆ ਲੰਬਰੇਟਾ। ਉਸ ਤੋਂ ਬਾਅਦ ਇੰਡੀਆ ਦੇ ਵਿੱਚ ਫਿਰ ਆਪਣਾ ਇੰਡੀਆ ਵਿੱਚ ਉਹਨਾਂ ਨੇ ਆਪਣਾ ਲਾਇਸੈਂਸ ਦੇਤਾ ਆਟੋਮੋਬਾਈਲ API ਨੂੰ, ਆਟੋਮੋਬਾਈਲ ਪ੍ਰਾਈਵੇਟ ਇੰਡੀਆ। ਇਹਨਾਂ ਨੇ ਫਿਰ ਸਕੂਟਰ ਬਣਾਉਣੇ ਸ਼ੁਰੂ ਕਰਤੇ। ਇਹ ਮਾਡਲ ਹੈਗਾ 1970 ਮਾਡਲ ਲੈਂਬੀ, ਇਹ ਇੰਡੀਆ ਦੇ ਵਿੱਚ ਬਣਿਆ ਜੀ ਇਹ ਸਕੂਟਰ। ਇਹ ਹੈਗਾ ਵਿਜੇ ਸੁਪਰ ਜੀ, ਇਹ 1980 ਮਾਡਲ ਹੈ ਜੀ। ਇਹਦਾ ਨਾਂ ਵਿਜੇ ਹੀ ਪਿਆ ਕਿਉਂਕਿ ਇਹ 71 ਦੀ ਜੰਗ ਦੇ ਵਿੱਚ ਜਿਹੜਾ ਮਿਸ਼ਨ ਸੀ ਆਪਣਾ ਉਹ ਵਿਜੇ ਹੀ ਸੀਗਾ ਅਤੇ ਆਪਾਂ ਜਿੱਤ ਗਏ ਸੀ ਜੰਗ, ਅਤੇ ਇੰਦਰਾ ਗਾਂਧੀ ਆਪਣੇ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਇਹਦਾ ਨਾਂ ਸਕੂਟਰ ਫੈਕਟਰੀ ਲੱਗ ਚੁੱਕੀ ਸੀ, ਉਦੋਂ ਇਹਦੀ ਮੈਨੂਫੈਕਚਰਿੰਗ ਸ਼ੁਰੂ ਹੋ ਚੁੱਕੀ ਸੀਗੀ, ਤਾਂ ਫਿਰ ਉਹਨਾਂ ਨਾਂ ਇਹਦਾ ਰੱਖਤਾ ਵਿਜੇ ਸੁਪਰ। ਇਹ ਇਟਾਲੀਅਨ ਵੈਸਪਾ ਜੀ ਮੇਰਾ, ਪਿਆਗੋ ਦਾ, ਪਿਆਗੋ ਕੰਪਨੀ ਦਾ। ਉਸ ਤੋਂ ਬਾਅਦ ਵੈਸਪਾ ਨੇ ਵੀ ਲਾਇਸੈਂਸ ਬਜਾਜ ਨੂੰ ਦਿੱਤਾ, ਬਜਾਜ 150 ਹੈ, 77 ਮਾਡਲ ਹੈ ਜੀ, 1977 ਮਾਡਲ ਹੈ ਜੀ। ਇਹ ਹੈਗਾ ਜੀ ਬਜਾਜ ਪ੍ਰੀਆ, ਇਹ ਹੈਗਾ 1985 ਮਾਡਲ। ਜਿਹੜਾ ਪ੍ਰੀਆ ਸਕੂਟਰ ਸੀਗਾ ਇਹ 1975 ਤੋਂ ਲੈ ਕੇ 1992 ਤੱਕ ਬਣਿਆ ਜੀ ਪ੍ਰੀਆ। ਇਹ ਬਣਿਆ ਜਿਹੜਾ ਮਹਾਰਾਸ਼ਟਰ ਗਰੁੱਪ ਆਫ ਸਕੂਟਰ ਨੇ ਬਣਾਇਆ ਸੀਗਾ, ਬਜਾਜ ਦੀ ਕੋਲੈਬੋਰੇਸ਼ਨ ਦੇ ਨਾਲ ਬਣਿਆ ਸੀ ਇਹ ਸਕੂਟਰ। ਤਾਂ ਹੀ ਉਹਦਾ ਜਿਹੜਾ ਲੋਗੋ ਹੈ ਨਾ ਡਿਫਰੈਂਟ ਹੈ ਬਜਾਜ ਨਾਲ, ਉਹਦਾ ਲੋਗੋ ਜਿਹੜਾ ਵਾਲਾ ਇਹ ਡਿਫਰੈਂਟ ਹੈਗਾ ਜੀ। ਫਿਰ ਆ ਗਿਆ ਜੀ ਬਜਾਜ ਕੱਬ ਆਪਣੇ ਕੋਲ, ਇਹ ਇਲੈਕਟ੍ਰੋਨਿਕ ਮਾਡਲ ਹੈ। ਇਹਦੇ ਵਿੱਚ ਸੀਗਾ ਕਿ ਇਹਦੇ ਜਿਹੜਾ ਐਵਰੇਜ ਜ਼ਿਆਦਾ ਸੀਗੀ ਪ੍ਰੀਆ ਨਾਲੋਂ, ਜਿਹੜੀ ਇਹਦੀ ਐਵਰੇਜ 40 ਸੀ ਇਹਦੀ 45 ਐਵਰੇਜ ਦਿੰਦਾ ਸੀ ਇਹ ਸਕੂਟਰ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਇਹ ਮੇਰੇ ਕੋਲ ਬਾਹਰਲਾ ਜੀ ਵੈਸਪਾ ਸਕੂਟਰ ਆ ਜੀ, ਇਹ ਵੀ ਇਟਾਲੀਅਨ ਹੈਗਾ। ਫਿਰ ਸਭ ਤੋਂ ਜਿਹੜੀ ਘਰ ਘਰ ਦਾ ਜਿਹੜਾ ਮੂੰਹ ਤੇ ਚੜਿਆ ਹੋਇਆ ਕਹਿੰਦਾ ਹਮਾਰਾ ਬਜਾਜ, ਬੁਲੰਦ ਭਾਰਤ ਕੀ ਬੁਲੰਦ ਤਸਵੀਰ ਹਮਾਰਾ ਬਜਾਜ, ਇਹ ਐਡ ਹਰੇਕ ਨੇ ਸੁਣੀ ਹੈ ਜਿਹੜੇ ਬਿਫੋਰ 80 ਦੇ ਬੋਰਨ ਹੈਗੇ ਆ। ਤੇ ਇਹ ਸਕੂਟਰ ਹੈਗਾ 1984 ਮਾਡਲ ਹੈ ਮੇਰਾ ਚੇਤਕ। ਇਹ ਮਹਾਰਾਣਾ ਪ੍ਰਤਾਪ ਦਾ ਘੋੜਾ ਸੀ, ਬਹੁਤ ਫੁਰਤੀਲਾ ਘੋੜਾ ਸੀ ਚੇਤਕ, ਉਹਦੇ ਨਾਂ ਤੇ ਇਹਦਾ ਨਾਂ ਰੱਖਿਆ ਗਿਆ ਬਜਾਜ ਚੇਤਕ। 1984 ਮਾਡਲ ਹੈ ਜੀ ਇਹ ਵਾਲਾ। ਇਹਦੀ ਜਿਹੜੀ ਮੈਂ ਇਹ ਵੀ 2002 ਤੱਕ ਬਣਿਆ ਚੇਤਕ ਟੂ ਸਟ੍ਰੋਕ ਦੇ ਵਿੱਚ, ਫਿਰ 2002 ਤੋਂ ਲੈ ਕੇ 2006 ਤੱਕ ਫੋਰ ਸਟ੍ਰੋਕ ਦੇ ਵਿੱਚ ਬਣਿਆ, ਤੇ 2006 ਚ ਇਹਦੀ ਮੈਨੂਫੈਕਚਰਿੰਗ ਬੰਦ ਹੋ ਗਈ ਸੀ ਫਿਰ ਬਜਾਜ ਸਕੂਟਰ ਦੀ। ਫਿਰ ਉਹਨਾਂ ਨੇ ਮੋਟਰਸਾਈਕਲਾਂ ਨੇ ਇਹਨੂੰ ਓਵਰਟੇਕ ਕਰਤਾ ਸੀਗਾ, ਫਿਰ ਬਜਾਜ ਨੇ ਆਪਣੇ ਚੇਤਕ ਦੀ ਮੈਨੂਫੈਕਚਰਿੰਗ ਬੰਦ ਕਰਤੀ ਸੀਗੀ। ਇਹ ਵੀ ਇੱਕ ਹਿਸਟੋਰੀਕਲ ਸਕੂਟਰ ਹੈ ਮੇਰਾ ਨਰਮਦਾ, ਇਹ ਬਹੁਤ ਘੱਟ ਚੱਲਿਆ ਇਹ ਸਕੂਟਰ ਜਿਹੜਾ ਸੀਗਾ, ਇਹ ਹਾਈਬ੍ਰਿਡ ਸੀਗਾ ਬਜਾਜ ਦਾ ਤੇ ਵੈਸਪਾ ਦਾ। ਜੇ ਤੁਸੀਂ ਟਾਪਿਆਂ ਦੀ ਗੱਲ ਕਰੀਏ ਟਾਪੇ ਦੇ ਵੈਸਪੇ ਦੇ ਆ, ਪਰ ਜਿਹੜਾ ਹੈੱਡ ਹੈ ਦੈਟ ਇਜ਼ ਉਹ
ਚੇਤਕ ਦਾ ਹੈਗਾ। ਇਹ ਹੈਗਾ ਜੀ ਮੇਰਾ 1989 ਮਾਡਲ ਹੈ ਬਜਾਜ ਸੁਪਰ। ਇਹਦੇ ਨਾਲ ਮੈਂ ਸਾਈਡ ਕਾਰ ਲਾਈ ਹੋਈ ਹੈ। ਤੁਸੀਂ ਸ਼ੋਲੇ ਫਿਲਮ 'ਚ ਵੇਖਿਆ ਹੋਊਗਾ ਜੈ ਦੇ ਵੀਰੂ ਦੇ ਵਿੱਚ ਜਿਹੜੀ ਜੋੜੀ ਆ ਉਹ 'ਚ ਉਹਨਾਂ ਨੇ ਸਾਈਡ ਕਾਰ ਦੇ ਉੱਪਰ ਉਹ ਮੋਟਰਸਾਈਕਲ ਲੱਗੀ ਆ, ਪਰ ਮੈਂ ਸਕੂਟਰ ਨਾਲ ਲਾਈ ਆ ਕਿਉਂਕਿ ਬੜਾ ਪਹਿਲਾਂ ਹਾਲੇ ਵੀ ਗੋਆ ਵਰਗੇ ਸ਼ਹਿਰ 'ਚ ਜਾਂ ਬੋਂਬੇ ਉੱਥੇ ਸਾਈਡ ਕਾਰ ਹੈਗੀਆਂ ਲੋਕਾਂ ਕੋਲ, ਪਰ ਆਪਣੇ ਪੰਜਾਬ 'ਚ ਬਹੁਤ ਘੱਟ ਚੱਲੀਆਂ ਸੀਗੀਆਂ ਤੇ ਇਹਦੇ 'ਚ ਵੀ ਬੜੇ ਇੰਜੋਏ ਕਰਦੇ ਰਹੇ। ਤਾਰਕ ਮੈਂ ਅੱਜ ਕੱਲ੍ਹ ਦੇ ਵੇਲੇ ਦੀ ਗੱਲ ਕਰੀਏ ਤਾਂ ਕਾਫੀ ਮਹਿੰਗੇ ਸ਼ੌਕੇ ਨੇ ਆਉਂਦੇ ਕਿਉਂਕਿ ਇਹਨਾਂ ਦੇ ਪਾਰਟਸ ਕਲੈਕਟ ਕਰਨੇ ਜਾਂ ਇਹਨਾਂ ਨੂੰ ਦੁਬਾਰਾ ਮੋਡੀਫਾਈ ਕਰਨਾ ਕਾਫੀ ਔਖਾ ਲੱਗਦਾ। ਹਾਂਜੀ ਕਿਸ ਤਰ੍ਹਾਂ ਮੇਨਟੇਨ ਕਰਦੇ? ਬਸ ਇਸ ਤਰ੍ਹਾਂ ਹੀ ਕਰੀਏ, ਘਰੋਂ ਗਾਹਾਂ ਸੁਣੀ ਦੇਈ ਹੈ, ਸੁਣ ਲਈਦੀ ਹੈ ਕਿਉਂਕਿ ਨਾ ਇਹਨਾਂ ਵਾਕਈ ਥੋੜ੍ਹੇ ਜਿਹੇ ਕੋਸਟਲੀ ਆ ਪ੍ਰੋਜੈਕਟ, ਤੇ ਕਿਉਂਕਿ ਅੱਜ ਕੱਲ੍ਹ ਜਿਹੜਾ ਸਮਾਨ ਆ ਉਹ ਵੀ ਮਹਿੰਗਾ ਹੋ ਗਿਆ ਤੇ ਬਾਕੀ ਮਿਲਦਾ ਵੀ ਨੀਗਾ ਤੇ ਬਾਹਰੋਂ ਹੋਰ ਸਟੇਟਸ ਤੋਂ ਮੰਗਾਉਣਾ ਪੈਂਦਾ। ਸ਼ੌਂਕ ਇਹ ਸੀਗਾ, ਘਰੇ ਇੱਕ ਸਕੂਟਰ ਸੀਗਾ ਪ੍ਰੀਆ, ਮੈਂ ਛੋਟੇ ਹੁੰਦੇ ਚਲਾਇਆ ਸੀਗਾ, ਇਹਨੂੰ ਮੈਂ ਮੋਡੀਫਾਈ ਕਰ ਲਿਆ, ਤਿਆਰ ਕਰ ਲਿਆ। ਜਦੋਂ ਤਿਆਰ ਕਰ ਲਿਆ ਤਾਂ ਵਧੀਆ ਲੱਗਿਆ, ਸਾਰਿਆਂ ਨੇ ਪ੍ਰੇਜ਼ ਕਰਨ ਲੱਗ ਪਏ। ਫਿਰ ਮੈਨੂੰ ਜਦੋਂ ਮੈਨੂੰ ਕਿਸੇ ਹੋਰ ਨੇ ਆਫਰ ਕਰਤੀ ਕਿ ਮੇਰਾ ਵੀ, ਮੈਂ ਵੀ ਸਕੂਟਰ ਵੇਚਣਾ ਤੁਸੀਂ ਲੈਣਾ, ਮੈਂ ਉਹ ਵੀ ਲੈ ਲਿਆ। ਹੁਣ ਇੱਕ ਤੋਂ ਦੋ ਤੋਂ ਤਿੰਨ ਫਿਰ ਐਂ ਕਰਦੇ ਕਰਦੇ ਹੁਣ ਜਿਹੜੀ ਕਹਾਣੀ ਆ 22 ਤੱਕ ਪਹੁੰਚ ਗਈ ਆ ਜੀ। ਇਸ ਤੋਂ ਇਲਾਵਾ ਤੁਹਾਡੇ ਕੋਲ ਬਾਈਕਸ ਵੀ ਹੈਗੀ? ਹਾਂਜੀ ਹਾਂਜੀ, ਯਜ਼ਦੀ, ਹਾਂਜੀ ਯਜ਼ਦੀ ਰਾਜਦੂਤ, ਹਾਂਜੀ ਉਹ ਬਾਈਕ ਵੀ ਹੈਗੀ ਆ, ਮੈਂ ਜੁੜਿਆ ਵੀ ਹੋਇਆ। ਨਹੀਂ ਉਹ ਐਕਚੁਅਲੀ ਮੈਂ ਇਹਨੂੰ ਸਕੂਟਰ ਦਾ ਹੀ ਰੱਖਣਾ ਚਾਹੁੰਦਾ ਸੀ, ਇਸ ਲਈ ਮੈਂ ਉਹ ਬਾਈਕ ਨਹੀਂ ਲੈ ਕੇ ਆਇਆ। ਤੇ ਮੇਰੇ ਕੋਲ 22 ਵਹੀਕਲ ਆਏ ਆ ਜੀ। ਨਹੀਂ ਸੇਲ ਪਰਚੇਜ ਵਾਸਤੇ ਕੋਈ ਨਹੀਂ ਹੈਗਾ ਜੀ, ਮੈਂ ਸਿਰਫ ਆਪਣੇ ਸ਼ੌਂਕ ਨੂੰ ਰੱਖੇ ਆ ਕਿ ਤਾਂ ਕਿ ਨਾ ਕੋਈ ਦੇਖੋ, ਇੱਕ ਬੰਦੇ ਨੂੰ ਜ਼ਿੰਦਗੀ ਸ਼ੌਂਕ ਜ਼ਰੂਰ ਹੋਣਾ ਚਾਹੀਦਾ ਵੀ ਜਿਹੜਾ ਤੁਹਾਡਾ ਸ਼ੌਂਕ ਹੈ ਨਾ ਤੁਹਾਨੂੰ ਇਹ ਸਟ੍ਰੈਸ 'ਚੋਂ ਦੂਰ ਕਰਦਾ, ਠੀਕ ਹੈ, ਤੁਹਾਨੂੰ ਖੁਸ਼ੀ ਦਿੰਦਾ, ਤੁਹਾਡਾ ਸ਼ੌਂਕ ਤੁਹਾਨੂੰ ਮੋਟੀਵੇਟਡ ਰੱਖਦਾ। ਅਤੇ ਮੈਂ ਇਹ ਸੋਚਦਾ ਕਿ ਜੇ ਕਿਸੇ ਬੱਚੇ ਨੂੰ ਕੋਈ ਸ਼ੌਂਕ ਹੈਗਾ ਤਾਂ ਉਹ ਆਪਣਾ ਨਸ਼ਿਆਂ ਤੋਂ ਵੀ ਦੂਰ ਰਹਿ ਸਕਦਾ। ਹੁਣ ਮੇਰੇ ਨਾਲ ਮੇਰੇ ਗਰੁੱਪ ਦੇ ਕਈ ਬੰਦੇ ਹੈਗੇ ਆ, ਜਿਵੇਂ ਆਹ ਲੜਕਾ ਹੈ ਵਿਸ਼ੂ ਮੇਰੇ ਨਾਲ ਹੈ, ਹੁਣ ਇਹ ਲੜਕਾ ਇਹਦੇ ਕੋਲ ਵੀ ਸਕੂਟਰ ਹੈਗਾ, ਇਹ ਮੇਰੇ ਗਰੁੱਪ ਦੇ ਵਿੱਚ ਹੈ, ਇਹਦੇ ਕੋਲ ਵੀ ਸਕੂਟਰ ਹੈਗਾ ਪ੍ਰੀਆ। ਹੁਣ ਇਹਨੂੰ ਤਾਂ ਇਹ ਹੁੰਦਾ ਕਿ ਮਹੀਨੇ 'ਚ ਮੈਂ ਪ੍ਰੀਆ ਦੇ ਉੱਪਰ ਪੈਸੇ ਖਰਚਣੇ ਆ, ਹੁਣ ਜਿਹੜੀ ਆਪਣੀ ਜਿਹੜੀ ਪੋਕਟ ਮਨੀ ਇਹਨੂੰ ਮਿਲਦੀ ਹੈ ਇਹ ਉਹ ਸਕੂਟਰ ਦੇ ਉੱਪਰ ਲਾ ਆਉਂਦਾ। ਨਸ਼ਿਆਂ ਵੱਲ ਬੱਚਾ ਨਹੀਂ ਜਾਊਗਾ, ਮੈਂ ਤਾਂ ਇਹ ਕਹਿੰਦਾ। ਸਾਰੇ ਰਨਿੰਗ ਕੰਡੀਸ਼ਨ ਅਸੀਂ ਚਲਾ ਕੇ ਲੈ ਕੇ ਆਏ ਹਾਂ ਜੀ, ਤੇ ਸਾਰੇ ਮਤਲਬ ਮੈਂ ਇਹਨੂੰ ਰਨਿੰਗ ਕੰਡੀਸ਼ਨ 'ਚ ਮੈਂ ਲੈ ਕੇ ਆਇਆ, ਇਹਨਾਂ ਨੂੰ ਲੈ ਕੇ ਆਇਆ ਹਾਂ, ਤੇ ਆਪਣੇ ਚਲਾ ਕੇ ਲੈ ਕੇ ਆਏ ਹਾਂ ਜੀ ਅਸੀਂ ਇਹਨਾਂ ਨੂੰ। ਸਰ ਅੱਜ ਇਸ ਐਗਜੀਬਿਸ਼ਨ 'ਚ ਤੁਹਾਨੂੰ ਕਿੰਨਾ ਕੁ ਰਿਸਪੌਂਸ ਮਿਲ ਰਿਹਾ? ਲੋਕ ਕਾਫੀ ਪਸੰਦ ਕਰ ਰਹੇ ਇਹਨਾਂ ਚੀਜ਼ਾਂ ਨੂੰ ਕਿਉਂਕਿ ਵਿੰਟੇਜ ਚੀਜ਼ਾਂ, ਹਾਂਜੀ ਹਾਂਜੀ, ਨੇ ਆਮ ਕਹਿ ਸਕਦੇ ਕਿ ਉਹਨਾਂ ਦੇ ਬਜ਼ੁਰਗਾਂ ਨੇ ਚਲਾਈਆਂ ਹੋਣੀਆਂ ਚੀਜ਼ਾਂ। ਹਾਂਜੀ ਹਾਂਜੀ, ਉਹ ਨਹੀਂ ਬਹੁਤ ਆਏ ਗਈ, ਇਹਨਾਂ ਨੇ ਕਿਹਾ ਕਿ ਮੈਨੂੰ ਵਿਆਹ ਮੈਨੂੰ ਦਾਜ 'ਚ ਆਹ ਸਕੂਟਰ ਮਿਲਿਆ ਸੀ, ਕੋਈ ਕਹਿੰਦਾ ਮੈਂ ਆਪਣੀ ਪਹਿਲੀ ਕਮਾਈ 'ਚੋਂ ਆਹ ਸਕੂਟਰ ਲਿੱਤਾ ਸੀ, ਬੜੇ ਸੋਹਣੇ, ਬੜਾ ਵਧੀਆ ਉਹਨਾਂ ਨੇ ਪਿਆਰ ਦਿੱਤਾ। ਉਹ ਤੁਸੀਂ ਦੇਖ ਸਕਦੇ ਹੋ ਬੋਰਡ ਦੇ ਉੱਪਰ ਕਮੈਂਟਸ ਦਿੱਤੇ ਲੋਕਾਂ ਨੇ ਆਪਣੇ, ਤੇ ਬਹੁਤ ਅੱਛਾ ਲੱਗਿਆ ਜੀ, ਬੜੇ ਉਹਨਾਂ ਨੂੰ ਖੁਸ਼ੀ ਮਿਲੀ। ਕਈ ਬੱਚਿਆਂ ਨੇ ਨਵਿਆਂ ਨੇ ਦੇਖੇ ਸਕੂਟਰ, ਉਹ ਬੜੇ ਹੈਰਾਨ ਹੋਏ ਕਿ ਸਕੂਟਰ ਇਸ ਤਰ੍ਹਾਂ ਦੇ ਵੀ ਆਉਂਦੇ ਆ। ਇਹੀ ਮੇਰਾ ਮਕਸਦ ਸੀਗਾ ਕਿ ਜਿਹੜੇ ਆਪਣੀ ਪੁਰਾਣੀ ਜਿਹੜੀ ਆ ਵਿਰਾਸਤ ਹੈ ਆਪਾਂ ਉਹਨੂੰ ਸਾਂਭ ਕੇ ਰੱਖੀਏ ਤੇ ਬੱਚਿਆਂ ਨੂੰ ਦਿਖਾਉਣ ਜੋਗੇ ਹੋਈਏ। ਮੈਂ ਇਹਦੀ ਮੇਰੀ ਕਲੈਕਸ਼ਨ ਦਾ ਮਤਲਬ ਇਹੀ ਹੈ। ਗੱਲ ਕਰੀਏ ਤਾਂ ਇਹਨਾਂ ਦੀ ਕੀ ਕੋਸਟ ਇਸ ਵਕਤ ਹੋਊਗੀ ਜਾਂ ਕਿ ਇਸ ਨੂੰ ਕੋਈ ਮੋਡ? ਦੇਖੋ ਜੀ, ਕੋਈ ਸਕੂਟਰ ਆਪਾਂ ਮੋਡੀਫਾਈ ਕਰਦੇ ਤਾਂ 40 ਤੋਂ 45 ਹਜ਼ਾਰ ਰੁਪਇਆ ਉਹਦੇ ਉੱਪਰ ਖਰਚਾ ਆ ਜਾਂਦਾ ਜੀ, ਤੇ ਇਹ ਮਤਲਬ ਬਾਕੀ ਸਕੂਟਰ ਜੇ ਤੁਹਾਡੇ ਕੋਲ ਹੈ ਉਹਦੀ ਵੱਖਰੀ ਕੋਸਟ ਹੈ, 40 ਤੋਂ 45 ਤੱਕ ਜਿਹੜਾ ਇੱਕ ਨੂੰ ਰੀਸਟੋਰ ਕਰਨ ਦੇ ਖਰਚਾ ਆ ਜਾਂਦਾ। ਜਿੱਦ ਕਰੇ ਕਿ ਅਸੀਂ ਇਹ ਤੁਹਾਡੇ ਤੋਂ ਖਰੀਦਣਾ ਹੈ, ਇਹ ਆਏ ਮੈਂ ਦਿੱਤੇ ਵੀ ਆ 2-3 ਤੇ, ਪਰ ਇਹ ਚੀਜ਼ਾਂ ਇਹੋ ਜਿਹੀਆਂ ਕਿ ਤੁਹਾਡੇ ਦਿਲ ਵੱਡੇ ਵਾਲਿਆਂ ਨੂੰ ਦੇਣ ਦੀ ਹੈਗੀ ਹੈ, ਕਿਉਂਕਿ ਇਹ ਤਾਂ ਹੈ ਨੀਗਾ ਕਿ ਆਪਾਂ ਐਕਟ ਪਾਵਾਂਗੇ ਜੇ ਸਕੂਟਰ ਲੈ ਲਿਆ ਤੇ ਉਹ ਮਤਲਬ ਡੇਲੀ ਚੱਲੇਗਾ ਹੀ, ਇਹਦਾ ਕੋਈ ਪਤਾ ਨੀਗਾ ਕਿ ਕੱਲ ਨੂੰ ਇਹ ਮੂਡ ਤੇ ਹੈ ਇਹ ਚੱਲਦਾ ਤਾਂ ਹੁਣ ਚੱਲ ਰਿਹਾ, ਅਗਲੇ ਪਲ 'ਚ ਇਹਦਾ ਇਹ ਵੀ ਹੋ ਸਕਦਾ ਕੋਈ ਪ੍ਰੋਬਲਮ ਆ ਜਾਏ ਮਕੈਨੀਕਲੀ। ਹਾਂ, ਮੇਨਟੇਨੈਂਸ ਇਹ ਬਹੁਤ ਜ਼ਿਆਦਾ ਮੰਗਦੇ ਆ, ਮੇਨਟੇਨੈਂਸ ਇਹਦੀ ਤਾਂ ਬਹੁਤ ਰੱਖਣੀ ਪੈਂਦੀ ਹੈ ਜੀ। ਤੇ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਸ਼ੌਂਕ ਜ਼ਰੂਰ ਰੱਖੋ ਜ਼ਿੰਦਗੀ 'ਚ ਕੋਈ, ਕਿਉਂਕਿ ਇਹ ਸ਼ੌਂਕ ਹੈ ਨਾ, ਸ਼ੌਂਕ ਤੁਹਾਨੂੰ ਜਵਾਨ ਰੱਖਦਾ, ਠੀਕ ਹੈ, ਉਹਦਾ ਸ਼ੌਂਕ ਰੱਖੋ, ਚਾਹੇ ਦੋਸਤ ਕੰਮ ਰੱਖੋ ਪਰ ਚੁਨਿੰਦਾ ਰੱਖੋ। ਥੈਂਕ ਯੂ ਜੀ। ਇਹ ਸਾਡਾ ਦੋਸਤ ਆ ਜੀ, ਇਹ
ਮੈਂ ਉੱਥੇ ਵਾਈਸ ਪ੍ਰਿੰਸੀਪਲ ਹਾਂ, ਇਹ ਮੇਰੇ ਕੋਲ ਮੈਥ ਟੀਚਰ ਆ ਜੀ, ਇਹ ਰੋਜ਼ ਬਦਲ ਕੇ ਲਿਆਉਂਦੇ ਆ ਸਕੂਲ ਅਤੇ ਅਸੀਂ ਇਹਨਾਂ ਦਾ ਸ਼ੌਂਕ ਇੰਨਾ ਜੀ ਵਧੀਆ, ਸਾਰੇ ਸਾਡੇ ਟੀਚਰ ਕਈ ਫੋਟੋ ਇੱਕ ਇੱਕ ਜ਼ਰੂਰ ਖਿਚਾਉਂਦੇ ਆ ਪਹਿਲਾਂ ਸੁਭਾਅ ਅਨੁਸਾਰ, ਇਹ ਵੀ ਸ਼ੌਂਕ ਆ ਕਈਆਂ ਦਾ ਵੀ ਰੋਜ਼ ਬਦਲ ਕੇ ਫੋਟੋ, ਅਤੇ ਬੜਾ ਵਧੀਆ ਵਧੀਆ ਲੱਗਦਾ ਜੀ। ਅਸੀਂ ਟਾਈਮ ਵੇ ਕਰਦੇ ਹਾਂ ਨਾ ਕੋਲੇ ਆਪਦਾ ਪਾਸ, ਵਧੀਆ ਟਾਈਮ ਵਿਹਲੇ ਫੀਲਡ ਠੀਕ ਪਾਸ ਹੋ ਜਾਂਦਾ। ਇਸ ਤਰ੍ਹਾਂ ਜਦੋਂ ਇਹਨਾਂ ਨੂੰ ਦੇਖਦੇ ਆ ਉਦੋਂ ਇੱਕਦਮ ਤਾਂ ਇਹ ਹੁੰਦਾ ਵੀ ਇਹੀ ਲੈ ਲਈਏ ਆਪਾਂ, ਪਰ ਪਾਸੇ ਜਾ ਕੇ ਲੋਕੀ ਫਿਰ ਉਹ ਨਵੀਂ ਤੇ ਆ ਜਾਂਦੇ, ਇਹ ਥੋੜਾ ਜਿਹਾ ਫਰਕ ਪੈਂਦਾ। ਮੈਂ ਰਾਜਸਥਾਨ ਸੇ ਆਈ ਹੂੰ, ਮੇਰਾ ਨਾਮ ਨੀਲਮ ਦਿਨੇਸ਼ ਪਰਨਾਮੀ ਹੈ, ਔਰ ਮੈਨੇ ਇਹ ਐਗਜੀਬਿਸ਼ਨ ਦੇਖੀ, ਇਹ ਮੇਰੇ ਲਈ ਬਿਲਕੁਲ ਨਯਾ ਔਰ ਅੱਛਾ ਐਕਸਪੀਰੀਅੰਸ ਥਾ। ਮੈਂ ਇੰਦਰਜੀਤ ਜੀ ਕੋ ਧੰਨਵਾਦ ਦੇਤੀ ਹੂੰ, ਜਿਨ੍ਹਾਂ ਨੇ ਆਪਣੀ ਬਹੁਤ ਹੀ ਡੈਡੀਕੇਸ਼ਨ ਕੇ ਸਾਥ ਇਤਨਾ ਬੜੀਆ ਕਲੈਕਸ਼ਨ ਰੱਖਾ ਹੋਇਆ ਹੈ, ਔਰ ਇਸ ਤਰ੍ਹਾਂ ਸੇ ਹਮੇ ਵਾਸਤਵ ਮੇਂ ਸ਼ੌਂਕ ਰੱਖਣੀ ਚਾਹੀਏ, ਔਰ ਹਮੇ ਜ਼ਿੰਦਾ ਜਵਾਨ ਜ਼ਿੰਦਾ ਦਿਲ ਬਣਨੇ ਔਰ ਬਣਾਨੇ ਕੇ ਲੀਏ, ਔਰ ਹਮੇ ਦੇਸ਼ ਕੋ ਹੀ ਇੱਕ ਵਿਰਾਸਤ ਹੈ ਜੀ। ਹਾਂ ਕਭੀ ਕਭੀ ਗੁਮਾਨ ਹੋਤਾ ਕਿ ਹਮਾਰੇ ਬਜ਼ੁਰਗ ਯਾ ਹਮਾਰੇ ਜੋ ਐਲਡਰਸ ਹੈ ਵੋ ਚਲਾਤੇ ਰਹੇ ਇਨਕੋ, ਉਨਕੋ ਇਸ ਰੈਡੀ ਕੰਡੀਸ਼ਨ ਮੇਂ ਦੇਖ ਕੇ ਕੈਸਾ ਲੱਗਦਾ? ਬਹੁਤ ਅੱਛਾ ਲੱਗਤਾ ਹੈ, ਐਸਾ ਲੱਗਤਾ ਹੈ ਜੈਸੇ ਲੈਂਬਰੇਟਾ ਪਰ ਮੇਰੇ ਪਾਪਾ ਹੋਂ, ਇਸ ਟਾਈਪ ਸੇ ਆਈ ਥਿੰਕ ਮੈਨੇ ਆਪਣੀ ਜ਼ਿੰਦਗੀ ਕਾ ਪਹਿਲਾ ਸਕੂਟਰ ਲੈਂਬਰੇਟਾ ਹੀ ਦੇਖਾ ਥਾ। ਉਸਕੇ ਬਾਅਦ ਆਪ ਦੇਖੇ ਤੋ ਜੈਸੇ ਨਿਆ ਯੁਗ ਆ ਗਿਆ, ਲੋਕ ਭਾਗ ਰਹੇ ਹਨ, ਲੇਕਿਨ ਵਿੰਟੇਜ ਜੋ ਗਾੜੀਆਂ ਹੋਤੀ ਹੈ ਉਨਕਾ ਆਪਣਾ ਕਰੇਜ਼ ਹੋਤਾ ਹੈ। ਹਾਂ ਬਿਲਕੁਲ, ਔਰ ਇਸਕੋ ਕੋਈ ਹੀ ਰੱਖ ਪਾਤਾ ਹੈ, ਸਭੀ ਲੋਗੋਂ ਕੇ ਬਸ ਕੀ ਬਾਤ ਨਹੀਂ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।